ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਕਣਕ ਦੀ ਬਿਜਾਈ ਜਿਹੜੀ ਹੈਗੀ ਹੈ ਵੇਰਲੀ ਵੇਰਲੀ ਸ਼ੁਰੂ ਹੋ ਗਈ ਹੈ ਖਾਸ ਤੌਰ ਤੇ ਕਿਸਾਨ ਵੀਰ ਸੁਪਰ ਸੀਡਰ ਹੈਪੀ ਸੀਡਰ 0 ਡ੍ਰਿਲ ਇਹਦੇ ਨਾਲ ਜਿਹੜੀ ਹੈਗੀ ਬਿਜਾਈ ਕਰ ਰਹੇ ਆ ਤੇ ਕਣਕ ਦੀਆਂ ਕੁਝ ਕਿਸਮਾਂ ਨੇ ਜਿਹੜੀਆਂ ਆਪਾਂ ਅਜੇ ਨਹੀਂ ਬੀਜਣੀਆਂ ਅਜੇ ਉਹਨਾਂ ਦਾ ਸਮਾਂ ਨਹੀਂ ਹੈਗਾ ਉਹਦੀ ਬਾਬਤ ਆਪਾਂ ਗੱਲਬਾਤ ਕਰਨੀ ਹੈ ਪਹਿਲੀ ਗੱਲ ਤਾਂ ਇਹ ਕਿ ਕਿਸਾਨ ਵੀਰੋ ਜਿਹੜਾ ਸੁਪਰ ਸੀਡਰ ਨਾਲ ਜਾਂ ਤੁਸੀਂ ਹੈਪੀ ਸੀਡਰ ਨਾਲ ਬਜਾਈ ਕਰਨੀ ਆ ਉਹਦੇ ਵਿੱਚ ਡੀਏਪੀ ਆ ਜਿਹੜੀ ਉਹ ਆਮ ਰਵਾਇਤੀ ਬਜਾਈ ਨਾਲੋਂ 10 ਕਿਲੋ ਵੱਧ ਰੱਖਣੀ ਆ 65 68 ਕਿਲੋ ਤੱਕ ਤੁਸੀਂ ਰੱਖੋ ਡੀਏਪੀ ਡ੍ਰਿਲ ਕਰਨੀ ਜਿਹੜੀ ਆਪਾਂ ਪੋਟਾਸ਼ ਤੱਤ ਦੀ ਘੋਲ ਨਾਲ ਕਰੋ ਜੇ ਦਾਣੇਦਾਰ ਮਿੱਲ ਦੀ ਨਾਲ ਡ੍ਰਿਲ ਕਰਦੇ ਹੋ ਨਹੀਂ ਫਿਰ ਤੁਸੀਂ ਅ ਜਰੂਰਤ ਅਨਸਾਰ ਕਿਉਂਕਿ ਕਿਸਾਨ ਵੀਰਾਂ ਦੇ ਕਾਫੀ ਕੁਐਰੀ ਆ ਰਹੀ ਸੀ ਇਹਦੇ ਬਾਰੇ ਕਿ ਜਿਹੜੀ ਪਾਊਡਰ ਫਾਰਮ ਦੇ ਵਿੱਚ ਜਿਹੜੀ ਕ੍ਰਿਸਟਲਾਈਨ ਫਾਰਮ ਚ ਹੁੰਦੀ ਹੈ ਮਿਰਚਾਂ ਵਰਗੀ ਜਿਹੜੀ ਹੁੰਦੀ ਹੈ 60% ਵਾਲੀ ਐਮਓਪੀ ਉਹ ਮਿਲ ਰਹੀ ਹੈ ਤਾਂ ਉਹ ਵੈਡਰਲ ਕਰਨੀ ਔਖੇ ਹੋ ਜਾਂਦੀ ਤਾਂ ਫਿਰ ਤੁਸੀਂ ਪਹਿਲੇ ਪਾਣੀ ਦੇ ਯੂਰੀਆ ਦੇ ਨਾਲ ਉਹਦਾ ਛੱਟਾ ਦੇ ਸਕਦੇ ਪਹਿਲੇ ਪਾਣੀ ਤੇ ਮੂਰੇ ਪਰ ਵਧੀਆ ਜਿਹੜਾ ਟਾਪ ਦਾ ਰਿਜ਼ਲਟ ਤਾਂ ਫੇਰ ਮਿਲਦਾ ਕਿ ਜੇ ਆਪਾਂ ਹੁਣ ਡ੍ਰਿਲ ਕਰ ਦਈਏ 60% ਵਾਲੀ ਐਮਓਪੀ ਆ ਰਹੀ ਹੈ ਚਿੱਟੇ ਰੰਗ ਦੀ ਵੀ ਆ ਰਹੀ ਦਾਣੇਦਾਰ ਤੇ ਲਾਲ ਰੰਗ ਦੀ ਵੀ ਆ ਰਹੀ ਹੈ ਫਿਰ ਹੈ ਕਿਸਾਨ ਵੀਰੋ ਕਿ ਜਿਹੜਾ ਖਾਸ ਤੌਰ ਤੇ ਡੀਬੀਡਬਲ 222 ਉਹ 5 ਨਵੰਬਰ ਤੋਂ ਬੀਜਣੀ ਤੁਸੀਂ 5 ਤੋਂ 15 ਨਵੰਬਰ ਕਣਕ ਦੀ ਬਿਜਾਈ ਦਾ ਬੈਸਟ ਟਾਈਮ ਹੈ ਜਿਹੜਾ 1 ਤੋਂ 15 ਨਵੰਬਰ ਹੁੰਦਾ ਆ ਸਾਲ ਦੇ ਵਿੱਚ ਕਈ ਵਾਰ ਆਪਾਂ ਨੂੰ ਜਿਹੜਾ ਜਿਆਦਾ ਰਕਬਾ ਜਾਂ ਖੁਸ਼ਕੀ ਖੇਤ ਦੇ ਵਿੱਚ ਬੱਤਰ ਖੁਸ਼ਕ ਹੋਣ ਦੀ ਮਤਲਬ ਗਿੱਲ ਘਟਣ ਦੀ ਸਮੱਸਿਆ ਆਉਂਦੀ ਤਾਂ ਫਿਰ ਆਪਾਂ ਜਿਹੜੀ ਬਿਜਾਈ ਨਾਲ ਦੀ ਨਾਲ ਸ਼ੁਰੂ ਕਰ ਦਿੰਦੇ ਆ ਉਹਦੇ ਵਿੱਚ ਤੁਸੀਂ ਡੀਬੀਡਬਲ 303 ਡੀਬੀਡਬਲ 187 ਇਹਦੀ ਬਿਜਾਈ ਕਰ ਸਕਦੇ ਆ ਕਿਉਂਕਿ ਕਈ ਥਾਵਾਂ ਤੇ ਅਜੇ ਝੂਨਾ ਵੱਡਣਾ ਵੀ ਹੈ ਉੱਥੇ ਤੁਸੀਂ ਜਿਹੜਾ ਫਿਰ ਤਾਂ ਅਜੇ 5-7 ਦਿਨ ਅਜੇ ਕਿਉਂਕਿ ਹੋ ਸਕਦਾ ਹੈ ਕਿ 5 ਨਵੰਬਰ ਤੱਕ ਵੀ ਵੱਢੀ ਜਾਵੇ ਅਜੇ ਜਿਹੜਾ ਝੋਨੇ ਦੇ ਵਿੱਚ ਕਈ ਥਾਵਾਂ ਤੇ ਪੱਕਿਆ ਨਹੀਂ ਪੂਰਾ ਮਤਲਬ ਮੋਇਸਚਰ ਜ਼ਿਆਦਾ ਆ ਰਿਹਾ ਤਾਂ ਉਹਦੇ ਵਿੱਚ ਫਿਰ ਆਪਾਂ ਜਿਹੜੇ 5 ਨਵੰਬਰ ਤੱਕ ਜਾਂ ਉਸ ਤੋਂ ਬਾਅਦ ਆ 15 ਨਵੰਬਰ ਤੱਕ ਵੀ ਨਵੰਬਰ ਤੱਕ ਵੀ ਵੀ ਸਕਦੇ ਆਪਾਂ ਨੂੰ ਕਿਸੇ ਕਿਸਮ ਦੀ ਘਬਰਾਉਣ ਦੀ ਜ਼ਰੂਰਤ ਨਹੀਂ ਸਹੀ ਸਮੇਂ ਚੱਲ ਰਿਹਾ ਹੁਣ ਜਿਹੜੀ HD 30 86 ਵਗੈਰਾ PBW 725 677 WH 1105 HD 2967 ਉਨਤਵੀਂ ਵੀਡੀਓ ਦੀ 343 PBW ਇੱਕ ਜਿੰਕ ਜਿਹੜੀ PBW ਇੱਕ ਨੰਬਰ ਜਿੰਕ ਵੈਰੈਟੀ ਹੈ ਜਿਹੜੀ ਤੁਸੀਂ ਚਪਾਤੀ ਹੈ ਜਿਹੜੀ PBW ਇੱਕ ਚਪਾਤੀ ਜਿਹੜੀ ਹੈਗੀ ਕਿਸਮ ਆ ਉਹ ਖਾਸ ਤੌਰ ਤੇ ਕੁਆਲਿਟੀ ਤੇ ਪੱਖ ਤੋਂ ਵਧੀਆ ਹੈਗੀ ਆ ਉਹ ਵੀ ਤੁਸੀਂ ਇੱਕ ਨੰਬਰ ਤੋਂ ਕੋਸ਼ਿਸ਼ ਕਰੋ ਬਜਾਈ ਕਰਨ ਦੀ ਤੇ ਜਿਹੜੀ ਖਾਸ ਤੌਰ ਤੇ ਡੀਬੀਡਬਲ 222 ਹੈ ਉਹ ਜੇ ਤੁਸੀਂ ਮਿਕਸ ਕਰਕੇ ਵੀ ਕਿਸੇ ਕਿਸਮ ਦੇ ਨਾਲ ਵੀ ਜਣੀ ਉਹ ਵੀ ਤੁਸੀਂ 5 ਨਵੰਬਰ ਦੇ ਨੇੜੇ ਲੈ ਜਾਓ ਤਾਂ ਬਹੁਤ ਵਧੀਆ ਗੱਲ ਹੈ ਆਪਾਂ ਬਹੁਤੀ ਅਗੇਤੀ ਬੀਜਣ ਦੀ ਕੋਸ਼ਿਸ਼ ਨਹੀਂ ਕਰਨੀ ਬਾਕੀ ਕਿਸਮਾਂ ਬੀਜ ਸਕਦੇ ਆ ਤੇ ਖਾਦ ਦਾ ਜਿਹੜੀਆਂ ਖਾਸ ਤੌਰ ਤੇ ਜਿਹੜੇ ਪोटाश ਹੈ ਜਾਂ ਟਾਇਆ ਤਾਂ ਆਪਾਂ ਪੂਰੀ ਕਰੀ ਦਿੰਨੇ ਆ ਜਾਂ 12 32 16 ਪਾਉਣੀ ਹੈ 1.5 ਘਟਾ ਹੋਈ ਡ੍ਰਿਲ ਕਰ ਤਾਂ ਨਾ ਪोटाश ਦੀ ਜ਼ਰੂਰਤ ਹੈ ਤੇ ਨਾ ਫਾਸਪੋਰਸ ਦੀ ਜਰੂਰਤ ਹੈ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ